ਜਿੰਦਾ ਦਿਲ ਕਰੇ ਜਿੱਥੇ ਲੱਗਾ ਰਹਿ ਤਾਂ ਫਿਰ ਸੋਹਣਾ ਮਹਿਬੂਬ ਮੁਹੰਮਦ ਮਾਸੂਮ ਕਿਉਂ ਆਇਆ ਹੈ? ਦੁਨੀਆ ਤਾਂ ਅੱਗੇ ਹੀ ਲੱਗੀ ਪਈ ਆਈ, ਆਪਣੇ ਹੱਥਾਂ ਨਾਲ ਧੀਆਂ ਨੂੰ ਜ਼ਿੰਦਾ ਦਫ਼ਨ ਕਰੇਂਦੇ ਪਏ ਆ, ਹਲਾਲ ਹਰਾਮ ਦੀ ਤਮੀਜ਼ ਉਹਨਾਂ ਨੂੰ ਕੋਈ ਨਾ ਹਾਈ, ਹਜ਼ਾਰ ਹਾ ਇੱਕ ਦੂਸਰੇ ਦੇ ਕਬਾਇਲ ਦੀ ਕਤਲੋ ਗਾਰਤ ਕਰਕੇ ਬੰਦੇ ਮਾਰੀ ਖਲਿਆ, ਸਾਰਾ ਕੁਝ ਹਾਈ, ਜਿੱਥੇ ਉਹ ਲੱਗੇ ਪਏ ਲੱਗੇ ਰਵੇ ਨਾ, ਮੁਹੰਮਦ ਸੋਹਣਾ ਕਿਉਂ ਆਇਆ? ਮੁਹੰਮਦ ਸੋਹਣਾ ਤਾਂ ਆਇਆ ਕਿ ਜਿੱਥੇ ਅੱਗੇ ਕੋਈ ਲੱਗਾ ਪਿਆ ਹਾਈ, ਉੱਥੋਂ ਪੱਟ ਕੇ ਉੱਥੇ ਲਾਓ ਜਿੱਥੇ ਲਾਵਣ ਨੂੰ ਰੱਬ ਨੇ ਪਸੰਦ ਫਰਮਾਇਆ। ਮਗਰ ਅੱਜ ਵੀ 1500 ਸਾਲ ਬਾਅਦ ਮੁੱਲਾਂ ਫਿਰ ਵੀ ਉਹ ਰਾਗ ਅਲਾਪ ਰਿਹਾ, ਜਿੱਥੇ ਕੋਈ ਲੱਗਾ ਪਿਆ ਲੱਗਾ ਰਹੇ। ਇਹ ਲਫ਼ਜ਼ ਬੋਲ ਕੇ ਸੋਹਣੇ ਮੁਹੰਮਦ ਦੀ ਮਿਹਨਤ ਦਾ ਇਨਕਾਰ ਕਰਦਾ ਤੇ ਫਿਰ ਆਖਣਾ ਕਿਸੇ ਨੂੰ ਨਹੀਂ ਛੇੜਨਾ ਚਾਹੀਦਾ। ਤਾਂ ਸੋਹਣੇ ਮੁਹੰਮਦ ਪਾਕ ਨੇ ਸਭ ਤੋਂ ਪਹਿਲੇ ਆ ਕੇ ਛੇੜਿਆ, ਸੋਹਣੇ ਮਹਿਬੂਬ ਨੇ ਸਭ ਤੋਂ ਪਹਿਲੇ ਆ ਕੇ ਕੀਤਾ, ਉਹਨਾਂ ਨੂੰ ਛੇੜਿਆ ਸੀ ਭਾਈ, ਜਿਹੜਾ ਕੋਈ ਕਰਦੇ ਪਏ ਉਹ ਲਾ ਇਹ ਗਲਤ ਹੈ, ਸੱਚ ਉਹ ਹੈ ਜਿਹੜਾ ਸੱਚਾ ਮੁਹੰਮਦ ਲੈ ਕੇ ਆਇਆ ਹੈ। ਲਾ ਇਲਾਹਾ ਇਲੱਲਾਹ ਛੇੜਿਆ ਨਹੀਂ, ਹੁਣ ਇੰਜੇ ਕਰੇ ਦੇ ਇਹ ਛੇੜਿਆ, ਦੱਸਿਆ ਕਿ ਜੋ ਤੁਸੀਂ ਕਰ ਰਹੇ ਹੋ ਗਲਤ, ਸੱਚ ਉਹ ਹੈ ਜਿਹੜਾ ਮੁਹੰਮਦ ਰਸੂਲੁੱਲਾ ਲੈ ਕੇ ਆਇਆ। ਇਹਨਾਂ ਫਿਰ ਦੂਆ ਰੁੱਖ ਕਿਹੜਾ ਅਪਣਾ? ਜਿਹੜੇ ਕਾਇ ਨੂੰ ਸਮਝਾਵਣ ਹੋਵੇ ਤੇ ਪਹਿਲੇ ਉਹਦੇ ਨਾਲ ਰਲਣਾ ਪਾਉਂਦਾ ਹੈ, ਯਾਨੀ ਉਹਨਾਂ ਨੂੰ ਦਾਵਤ ਦੇਣੀ ਹੋਵੇ ਪਹਿਲੇ ਉਹਨਾਂ ਦੇ ਨਾਲ ਯਾਰਵੀਂ ਖਾਓ, ਕੁਲਖਾਨੀਆਂ ਖਾਓ, ਉਹਨਾਂ ਦੇ ਨਾਲ ਰਲ ਕੇ ਸਲਾਤੋ ਸਲਾਮ ਵੀ ਪੜ੍ਹੋ, ਉਹਨਾਂ ਦੇ ਜਨਾਜ਼ੇ ਸ਼ਨਾਜ਼ੇ ਵੀ, ਉਹਨਾਂ ਦੇ ਮੇਲਿਆਂ ਦੇ ਉੱਤੇ ਵੀ ਵਾਂਜੋ। ਯਾਰ ਉਸ ਲਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਏਡੇ ਦਾੜੇ ਨਾਲ ਮੇਲੇ 'ਤੇ ਗਏ ਖਲੋਤੇ ਹੁੰਦੇ? ਅੱਲਾਹ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਆਪਣਾ ਪੈਗਾਮ ਪਹੁੰਚਾਇਆ ਹੈ, ਉਸ ਪੈਗਾਮ ਦੇ ਅੰਦਰ ਚਿਉਂਟੀ ਦੇ ਸਿਰ ਜਿਤਣੀ ਵੀ ਸੋਹਣੇ ਮੁਹੰਮਦ ਨੇ ਲਚਕ ਨਹੀਂ ਅਖਤਿਆਰ ਫਰਮਾਈ, ਤੇ ਉੱਤੋਂ ਅੱਲਾਹ ਹੀ ਖੁਦ ਤਰਬੀਅਤ ਕਰ ਰਿਹਾ ਹੈ ਸੋਹਣੇ ਮੁਹੰਮਦ ਮੁਸਤਫਾ ਦੀ। ਅੱਲਾਹ ਵੀ ਉੱਤੋਂ ਫਰਮਾਉਂਦਾ ਫਸਦਾ ਬਿਮਾ ਤੁਮਰ, ਮੇਰਾ ਮੁਹੰਮਦ ਤੇਰੇ ਉੱਤੇ ਅਮਰ ਤੇ ਆਰਡਰ ਚਲਾਉਣ ਵਾਲਾ ਕੌਣ ਹੈ? ਅੱਲਾਹ ਹੈ, ਤੇ ਜਦੋਂ ਮੇਰਾ ਆਰਡਰ ਆ ਜਾਏ ਫਸਦਾ ਖੁੱਲ ਕੇ ਕੜਕ ਕੇ ਬਿਆਨ ਕੀਤਾ ਕਰ। ਇੱਥੇ ਮਾਨਾ ਹਜ਼ਰਤ ਅਲਾਮਾ ਅਹਿਮਦ ਸਈਦ ਖਾਨ ਸਾਹਿਬ ਰਹਿਮਤੁਲਾਹ ਤਾਲਾ ਅਲੈਹ ਫਰਮਾਉਂਦੇ ਹਨ, ਫਸਦਾ ਮੇਰਾ ਮੁਹੰਮਦ ਥੋੜ੍ਹਾ ਜਿਹਾ ਮੇਰਾ ਮਸਲਾ ਲੜ ਹਟਾ ਕੇ ਬਿਆਨ ਫਰਮਾਇਆ ਕਰ। ਇਹ ਜਿਹੜਾ ਮੁਸ਼ਰਕ ਲੜ ਪਾਈ ਪੈ ਨਾ ਮੇਰੀ ਤੌਹੀਦ ਦੀ ਚਾਦਰ ਦੇ, ਇਹ ਥੋੜ੍ਹਾ ਜਿਹਾ ਲੜ ਹਟਾ ਕੇ ਇਹਨਾਂ ਨੂੰ ਨੰਗਾ ਨੇਤਰਾ ਮਸਲਾ ਤੌਹੀਦ ਦਾ ਸੁਣਾ। ਹੁਣ ਆਪਣੀ ਅਮਾਨਤ ਦਿਆਨਤ ਨਾਲ ਦੱਸ, ਇਹ ਤਾਂ ਜਿਗਰਾ ਮੇਰੇ ਮੁਹੰਮਦ ਰਸੂਲੁੱਲਾ ਦਾ ਹਾ, ਅੱਜ ਮੇਰੇ ਨਾਲ ਯਾਰਾਂ ਮੌਲਵੀ ਬੈਠੇ ਹਨ, ਤੁਸਾਂ ਲੋਕ ਹੋ, ਦੂਸਰੇ ਵੀ ਮੁਤਅੱਲਕੀਨ ਲੋਕ ਹੁੰਦੇ ਹਨ, ਮਗਰ ਉੱਥੇ ਤਾਂ ਕੱਲਾ ਖਲੋਤਾ ਮੁਹੰਮਦ ਰਸੂਲੁੱਲਾ, ਤੇ ਫਿਰ ਵੀ ਫਾਰਾਨ ਦੀ ਚੋਟੀ ਤੇ ਚੜ ਕੇ ਅਕੇਲੇ ਹੱਥ ਹੈ ਲਾ ਇਲਾਹਾ ਇਲੱਲਾ ਹਰ ਪਰਦੇ ਚ ਸੁਣਨ ਤੇ ਜੋੜਨ ਤੇ ਵੇਖਣ ਵਾਲਾ ਕੌਣ ਹੈ? ਦੇਵਣ ਤੇ ਲੰਮਣ ਵਾਲਾ ਕੌਣ ਹੈ? ਖੁਸ਼ੀਆਂ ਤੇ ਗਮੀਆਂ ਦਾ ਮਾਲਕ ਕੌਣ ਹੈ? ਹਮੇਸ਼ਾ ਜ਼ਿੰਦਾ ਰਹਿ ਕੇ ਤੇ ਸੁਣਨ ਤੇ ਵੇਖਣ ਵਾਲਾ ਕੌਣ ਹੈ? ਇਹ ਨਿੱਤਰ ਕੇ ਮਸਾਲਾ ਬਿਆਨ ਕੀਤਾ ਹੈ, ਇਹ ਜਿਗਰਾ ਹੈ ਮੇਰੇ ਮੁਹੰਮਦ ਰਸੂਲੁੱਲਾ ਦਾ, ਵੱਲ ਆਪਣੀ ਬਿਰਾਦਰੀ ਨਾਲ ਲੱਖਾਂ ਦੀ ਆਬਾਦੀ ਨਾਲ ਡਟ ਕੇ ਪੈਗੰਬਰ ਮੁਕਾਬਲਾ ਕੀਤਾ ਹੈ। ਤਾਂ ਹੀ ਤਾਂ ਇੱਕ ਦਿਨ ਅੱਲਾ ਨੇ ਫਰਮਾਇਆ ਸ਼ਾਬਾਸ਼ ਮੇਰਾ ਮੁਹੰਮਦ, ਸ਼ਾਬਾਸ਼ ਮੇਰਾ ਮਹਿਬੂਬ, ਜਿਹੜਾ ਕੰਮ 1.25 ਲੱਖ ਪੈਗੰਬਰ ਮਿਲ ਕੇ ਨਹੀਂ ਕਰ ਸਕੇ, ਉਹ 23 ਸਾਲਾਂ ਦੇ ਅੰਦਰ ਮੁਕੰਮਲ ਕਰਕੇ ਵਿਖਾਵਣ ਦਾ ਮੁਹੰਮਦ ਨੇ ਹੱਕ ਅਦਾ ਫਰਮਾ ਛੱਡਿਆ ਹੈ। ਤਕਬੀਰ ਅੱਲਾਹ ਕਰੀਮ ਅੱਲਾਹ ਖਾਨ ਜ਼ਿੰਦਾਬਾਦ, ਜੀ ਸ਼ਾਹ ਤੋਂ ਜ਼ਿੰਦਾਬਾਦ, ਤੁਹਾਡੇ ਪਿਛਲੇ ਜ਼ਬਾਨ ਕੋਈ ਨਹੀਂ, ਅੱਲਾਹ ਦਾ ਨਾਮ ਬੁਲੰਦ ਕਰੋ, ਨਾਰਾ ਤਕਬੀਰ ਅੱਲਾਹ, ਨਾਰਾ ਤਕਬੀਰ ਅੱਲਾਹ।
امام الانبیاء محمد مصطفی جنہ دا ہاں ٹھرے نے اچا چ پڑھو صلی اللہ علیہ وسلم نے اے آ کے پیغام دیتا ہے اپنی امت نو کہ اللہ دے عذاب تو محفوظ ہونا اُتے واسطے رب دی رحمت دا ہونا ضروری ہے، تے رب دی رحمت دا خزانہ کڑی شاہ ہے، جڑے مندے ہو تے بولو یار، رب دی کتاب ہے قرآن ہے، اس واسطے اللہ نے فرمایا میرا سونا محمد پاک جنہاں نے اپنا سارے دے سارا ساڈے حوالے چ کیتا ہے، ساڈا بھی وعدہ ہے کہ میں اللہ بھی سارا انہاں دا بڑھ رہی دا ہوں۔